ਤਾਜ਼ੀ ਗੱਲ ਦੀ ਸਾਰ ਨੂੰ ਸੁਣ ਰਹੇ ਹੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਇਟਲੀ ਦੇ ਵਿੱਚ ਅੱਜ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਅਪਡੇਟ ਨਹੀਂ ਆਇਆ ਕਿ ਕੱਚੇ ਬੰਦਿਆਂ ਨੂੰ ਪੱਕੇ ਕਿਦਾਂ ਕੀਤਾ ਜਾ ਸਕਦਾ ਪਰ ਇਟਲੀ ਦੇ ਵਿੱਚ ਬਹੁਤ ਸਾਰੇ ਹੋਰ ਅਪਡੇਟ ਆ ਰਹੇ ਨੇ ਜਿਦਾਂ ਕਿ ਇੱਕ ਬੋਨਸ ਟਰਾਂਸਪੋਰਟੀ ਜੋ ਕਿ 60 ਰੋ ਦਾ ਬੋਨਸ ਟਰਾਂਸਪੋਰਟ ਜਿਹਦੇ ਨਾਲ ਤੁਹਾਨੂੰ 60 ਐਰੋ ਮਿਲ ਸਕਦੇ ਆ 1 ਸਤੰਬਰ ਤੋਂ ਬਾਅਦ ਵੀ ਤੁਸੀਂ ਇਹਦੇ ਲਈ ਐਪਲੀਕੇਸ਼ਨ ਦਮਾੰਦਾਂ ਆਨਲਾਈਨ ਕਰ ਸਕਦੇ ਆ ਇਹਦੇ ਜਿਹੜਾ ਜਿੰਨੀ ਵੀ ਫੰਡਿੰਗ ਸੀ ਇਹ ਪਹਿਲੇ ਖਤਮ ਹੋ ਚੁੱਕੀ ਸੀ ਪਰ ਸਰਕਾਰ ਨੇ ਕਿਹਾ ਤੁਸੀਂ ਇੱਕ ਵਾਰ ਫਿਰ ਐਪਲੀਕੇਸ਼ਨ ਭਰ ਸਕਦੇ ਆ ਹੁਣ ਇਸ ਐਪਲੀਕੇਸ਼ਨ ਨੂੰ ਦਮੰਦ ਦੇ ਨੂੰ ਕਰ ਕੌਣ ਸਕਦਾ ਹਰ ਉਹ ਬੰਦਾ ਜਿਸ ਦੀ ਰਾਇਦੀਤ ਉਹ ਜਿਹੜੀ ਪਿਛਲੇ ਸਾਲ 2022 ਦੀ 20000 ਐਰੋ ਤੋਂ ਘੱਟ ਸੀ ਅਤੇ ਉਹ ਪਬਲਿਕ ਟਰਾਂਸਪੋਰਟ ਦਾ ਯੂਜ਼ ਕਰਦਾ ਆ ਇਦੇ ਵਿੱਚ ਰੇਲ ਗੱਡੀਆਂ ਬੱਸਾਂ ਤੁਸੀਂ ਯੂਜ਼ ਕਰਦੇ ਆ ਤਾਂ ਤੁਸੀਂ ਇਸ ਦਾ ਦਮੰਦਾ ਕਰ ਸਕਦੇ ਆ ਇਹਦੇ ਨਾਲ ਜਿਹੜੇ 60 ਐਰੋ ਆਣੇ ਆ ਕੱਲ 1 ਸਤੰਬਰ ਸਵੇਰੇ 8 ਵਜੇ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਆ ਇਹ ਪਿਛਲੇ ਅਪ੍ਰੈਲ ਦੇ ਵਿੱਚ ਵੀ ਅਪ੍ਰੈਲ ਮਹੀਨੇ ਦੇ ਵਿੱਚ ਵੀ ਇੱਕ ਦਿਨ ਇਹਨਾਂ ਨੇ ਸ਼ੁਰੂ ਕੀਤਾ ਸੀ ਇੱਕ ਦਿਨ ਦੇ ਵਿੱਚ 140000 ਜਿਹੜਾ ਐਪਲੀਕੇਸ਼ਨ ਭਰ ਹੋ ਗਏ ਸੀ ਤੇ ਜਿਹੜੇ 100 ਮਿਲੀਅਨ ਐਰੋ ਇਹਨਾਂ ਨੇ ਰੱਖੇ ਸਨ ਉਹ ਸਾਰੇ ਸਾਰੇ ਖਤਮ ਹੋ ਗਏ ਸੀ ਪਰ ਸਰਕਾਰ ਨੇ ਕਿਹਾ ਇੱਕ ਵਾਰ ਫਿਰ ਤੁਸੀਂ ਟ੍ਰਾਈ ਕਰ ਸਕਦੇ ਹਾਂ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਇਟਲੀ ਦੇ ਵਿੱਚ ਇੱਕ ਵਾਰ ਗੈਸ ਫਿਰ ਵਧਣ ਲੱਗੀ ਗੈਸ ਦਾ ਰੇਟ ਵੱਧ ਰਿਹਾ ਬਿਜਲੀ ਦਾ ਰੇਟ ਵੱਧ ਰਿਹਾ ਕਿਉਂਕਿ ਪੈਟਰੋਲ ਦਾ ਰੇਟ ਵੱਧ ਰਿਹਾ ਇਹਦੇ ਨਾਲ ਹਰ ਇੱਕ ਚੀਜ਼ ਦਾ ਰੇਟ ਵਧਦਾ ਜਾ ਰਿਹਾ ਹੁਣ ਇਸ ਮੌਕੇ ਤੇ ਸਾਨੂੰ ਕਰਨਾ ਕੀ ਚਾਹੀਦਾ ਕੀ ਸਾਨੂੰ ਇੱਕ ਫਿਕਸ ਪ੍ਰਾਈਸ ਰੱਖਣਾ ਚਾਹੀਦਾ ਕੀ ਸਾਨੂੰ ਇੱਕ ਬਰਿਆਵੀਲੇ ਰੇਟ ਕਰਵਾਉਣਾ ਚਾਹੀਦਾ ਦੇਖੋ ਇਹਦੇ ਵਿੱਚ ਜਿਸ ਟਾਈਮ ਤੁਹਾਨੂੰ ਕੋਈ ਵੀ ਟੈਲੀਫੋਨ ਕਰਕੇ ਕਹੇ ਕਿ ਤੁਹਾਡਾ ਬਿੱਲ ਬਹੁਤ ਜ਼ਿਆਦਾ ਆ ਰਿਹਾ ਤੁਹਾਡਾ ਬਿੱਲ ਅਸੀਂ ਘਟਾ ਸਕਦੇ ਹਾਂ ਉਹ ਜਿਹੜਾ ਟੈਲੀਫੋਨ ਤੁਹਾਨੂੰ ਆਂਦਾ ਜਿਹੜਾ ਪੁੱਛਦਿਆ ਜੀ ਤੁਹਾਡਾ ਨਾਮ ਫਲਾਨਾ ਤੇ ਬਾਅਦ ਚ ਤੁਹਾਤੋਂ ਹੀ ਪੁੱਛਦਿਆ ਤੁਸੀਂ ਕਿੱਥੇ ਆ ਉਹਨਾਂ ਨੂੰ ਤੁਹਾਡੇ ਬਾਰੇ ਨਹੀਂ ਪਤਾ ਹੁੰਦਾ ਉਹਨਾਂ ਦੇ ਕੋਲੋਂ ਨਹੀਂ ਕਰਵਾਣਾ ਤੁਹਾਡੀ ਜਿਹੜੀ ਐਨਲ ਵਾਲੀ ਐਨਰਜੀ ਆ ਹੋਵੇ ਸਰਵਿਸਿਓ ਇਲੈਟ੍ਰਿਕ ਹੋਵੇ ਜਿਹੜੀ ਵੀ ਹੋ ਅਮਰੀਕਾ ਲਿਵਰ ਹੋਵੇ ਜਿਸ ਦੇ ਨਾਲ ਵੀ ਤੁਹਾਡਾ ਕੰਟਰੈਕਟ ਆ ਉਹਨਾਂ ਨੂੰ ਆਪ ਫੋਨ ਕਰੋ ਸਰਵਿਸੀ ਕਲੈਂਟਿੰ। ਉਹਨਾਂ ਨੂੰ ਕਰੋ ਫੋਨ ਜਾਂ ਫਿਰ ਜਿਹੜੇ ਉਹਨਾਂ ਦੇ ਆਫਿਸ ਨੇ ਸ਼ਹਿਰਾਂ ਦੇ ਵਿੱਚ ਹੁੰਦੇ ਨੇ ਉੱਥੇ ਜਾਓ ਉਹਨਾਂ ਨੂੰ ਕਹੋ ਕਿ ਮੈਨੂੰ ਮੇਰਾ ਬਿੱਲ ਇੰਨਾ ਆ ਰਿਹਾ ਜੇਕਰ ਕੋਈ ਹੋਰ ਇਸ ਤੋਂ ਵਧੀਆ ਔਫਰਤਾ ਚੱਲ ਰਿਹਾ ਤਾਂ ਸਾਨੂੰ ਉਹ ਔਫਰਤਾ ਦੋ। ਜਿਹੜੇ ਬੰਦੇ ਤੁਹਾਨੂੰ ਆਪ ਫੋਨ ਕਰਦੇ ਆ ਕਿ ਤੁਹਾਨੂੰ ਜਿਹੜਾ ਬਿੱਲ ਸਸਤਾ ਆਣ ਉਹ ਸਿਰਫ ਪਹਿਲਾ ਬਿੱਲ ਹੀ ਤੁਹਾਨੂੰ ਸਸਤਾ ਆ ਸਕਦਾ ਦੂਜਾ ਆ ਸਕਦਾ ਉਸ ਤੋਂ ਬਾਅਦ ਜਿਹੜੇ ਪਹਿਲੇ ਵੀ ਉਹਨਾਂ ਨੇ ਘਟ ਭੇਜਿਆ ਉਹ ਸਾਰੇ ਰਿਕਵਰ ਹੋ ਜਾਣੇ ਫਿਰ ਤੁਸੀਂ 1-2 ਸਾਲ ਬੰਨ ਹੋ ਜਾਂਦੇ ਤੁਸੀਂ ਉਹਦੇ ਵਿੱਚੋਂ ਕਿਸੇ ਹੋਰ ਪਾਸੇ ਨਹੀਂ ਜਾ ਸਕਦੇ ਜੇ ਜਾਉਂਗੇ ਤਾਂ ਤੁਹਾਨੂੰ ਜਿਹੜਾ ਜੁਰਮਾਨਾ ਦੇਣਾ ਪੈਂਦਾ ਜੁਰਮਾਨਾ ਕਹਿਣ ਦਾ ਭਾਵ ਤੁਹਾਨੂੰ ਇੱਕ ਐਕਸਟਰਾ ਪੈਸੇ ਸਿਰ ਪੈ ਜਾਂਦੇ ਆ ਇਸ ਕਰਕੇ ਬਿਜਲੀ ਪਾਣੀ ਗੈਸ ਜੇਕਰ ਤੁਹਾਡੇ ਬਿੱਲ ਬਹੁਤ ਹੀ ਜ਼ਿਆਦਾ ਆ ਰਹੇ ਆ ਉਹਨਾਂ ਨੂੰ ਆਪ ਫੋਨ ਕਰੋ ਕਿ ਸਾਡੇ ਜਿਹੜੇ ਉਫੈਰ ਤੇ ਕਿਹੜੇ ਚੱਲ ਰਿਹਾ ਜੇਕਰ ਤੁਸੀਂ ਆਪ ਫੋਨ ਕਰਦੇ ਆ ਤਾਂ ਆਨਲਾਈਨ ਤੁਹਾਨੂੰ ਈਮੇਲ ਦੇ ਉੱਤੇ ਲਿੰਕ ਆਂਦਾ ਹ ਉਸ ਲਿੰਕ ਦੇ ਨਾਲ ਤੁਹਾਡੇ ਗੈਸ ਪੈਟਰੋਲ ਦਾ ਜਿਹੜਾ ਜੋ ਵੀ ਡੀਜ਼ਲ ਦਾ ਜਿਹੜਾ ਰੇਟ ਆ ਸੌਰੀ ਗੈਸ ਜਾਂ ਬਿਜਲੀ ਦਾ ਰੇਟ ਆ ਉਹ ਚੇਂਜ ਹੋ ਸਕਦਾ ਇਹੀ ਗੱਲ ਜਿਹੜੀ ਪਾਣੀ ਤੇ ਵੀ ਲਾਗੂ ਹੋ ਰਹੀ ਆ ਉਸ ਤੋਂ ਬਾਅਦ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ ਅਗਲਾ ਅਪਡੇਟ ਆ ਰਿਹਾ ਜੀ ਪਾਕਿਸਤਾਨ ਤੋਂ ਸਮਨ ਅਬਾਸ ਦੇ ਜਿਹੜੇ ਪਿਤਾ ਉਸ ਨੂੰ ਨੂੰ ਇਟਲੀ ਭੇਜਣ ਦੇ ਲਈ ਪਾਕਿਸਤਾਨ ਸਰਕਾਰ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ਜੀ ਉਹਨਾਂ ਨੇ ਕਿਹਾ ਕਿ ਦਿਨ ਸ਼ੁੱਕਰਵਾਰ ਨੂੰ ਪਾਕਿਸਤਾਨ ਤੋਂ ਅब्बा ਜਿਹੜਾ ਸਮਨ ਅਵਾਸ ਦੇ ਪਿਤਾ ਨੂੰ ਭੇਜ ਦਿੱਤਾ ਜਾਊਗਾ ਇਸ ਫੈਸਲੇ ਨੂੰ ਇਟਲੀ ਦੇ ਵਿੱਚ ਬਹੁਤ ਹੀ ਵਧੀਆ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਸਰਕਾਰ ਪਾਕਿਸਤਾਨ ਦੀ ਹਕੂਮਤ ਨੇ ਇਟਲੀ ਦੀ ਹਕੂਮਤ ਦੇ ਨਾਲ ਰਲ ਕੇ ਕੰਮ ਕੀਤਾ ਸਮਨ ਅਵਾਸ ਦੇ ਪਿਤਾ ਦੇ ਉੱਤੇ aarop ਆ ਕਿ ਉਸ ਨੇ ਆਪਣੀ ਲੜਕੀ ਦਾ ਬਹੁਤ ਹੀ ਬੇਰਹਿਮੀ ਦੇ ਨਾਲ ਕਤਲ ਕੀਤਾ ਹੁਣ ਇਟਲੀ ਦੇ ਵਿੱਚ ਜੋ ਸਬੂਤ ਮਿਲੇ ਨੇ ਜਿਹੜੀਆਂ ਵੀ ਗੱਲਾਂ ਸਾਹਮਣੇ ਆndੀਆਂ ਨੇ ਉਹਨਾਂ ਤੋਂ ਬਾਅਦ ਦੇਖਾਂਗੇ ਕਿ ਫੈਸਲਾ ਕੀ ਹੁੰਦਾ ਉਸ ਤੋਂ ਬਾਅਦ ਇਟਲੀ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਖਬਰ ਆਈ ਹੈ ਕਿ ਬਹੁਤ ਹੀ ਵੱਡੀ ਦੁਰਘਟਨਾ ਹੋਈ ਹੈ ਜੀ ਦੁਰਘਟਨਾ ਹੋਈ ਹੈ ਤੁਰੀਨੋ ਮਿਲਾਨੋ ਜਿਹੜੀ ਰੇਲਵੇ ਆ ਉਸ ਰੇਲਵੇ ਲਾਈਨ ਤੇ ਰੇਲਵੇ ਟ੍ਰੈਕ ਦੇ ਉੱਤੇ ਪੰਜ ਮਜ਼ਦੂਰ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਬਰਾਂਦੀਨ ਬਰਾਂਦੀਤ ਸਿਆਰਾ ਜਿੱਥੇ ਪੰਜ ਮਜ਼ਦੂਰ ਕੰਮ ਕਰ ਰਹੇ ਸੀ ਰੇਲਵੇ ਟਰੈਕ ਦੇ ਉੱਤੇ ਰੇਲਵੇ ਪਟਰੀ ਦੇ ਉੱਤੇ ਤੇ ਉਸ ਪਟਰੀ ਤੇ ਲਾਈਨ ਦੇ ਉੱਤੇ ਟ੍ਰੇਨ ਨੇ ਨਹੀਂ ਆਣਾ ਸੀ ਪਰ ਉਸ ਜਗ੍ਹਾ ਤੇ ਇੱਕ ਟ੍ਰੇਨ ਆਈ ਜੋ ਕਿ ਦੱਸਿਆ ਜਾ ਰਿਹਾ ਕਿਸ 160 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚੱਲ ਰਹੀ ਸੀ ਉਸ ਨੇ ਪੰਜ ਜਿਹੜੇ ਬੰਦੇ ਕੰਮ ਕਰ ਰਹੇ ਸੀ ਟ੍ਰੇਨ ਟ੍ਰੇਨ ਦੀ ਪਟਰੀ ਤੇ ਉਹਨਾਂ ਨੂੰ ਉੱਥੇ ਹੀ ਕੁਚਲ ਕੇ ਮਾਰ ਦਿੱਤਾ ਇਹਨਾਂ ਪੰਜਾਂ ਬੰਦਿਆਂ ਦੀ ਮੌਕੇ ਤੇ ਮੌਤ ਹੋ ਗਈ ਹੈ ਦੋ ਬੰਦੇ ਹੋਰ ਸਨ ਜਿਨ੍ਹਾਂ ਦੇ ਕੋਲੋਂ ਲੰਗੀ ਪਰ ਉਹਨਾਂ ਨੂੰ ਹੋਇਆ ਕੁਛ ਨਹੀਂ ਰੇਲ ਦਾ ਜੋ ਡਰਾਈਵਰ ਜਿਸ ਨੂੰ ਮਕੀਨਿਸਤਾ ਕਹਿੰਦੇ ਆ ਉਹ ਇਸ ਟਾਈਮ ਪੂਰੇ 7ਵੇਂ ਦੇ ਵਿੱਚ ਕਿਉਂਕਿ ਜੋ ਹਾਦਸਾ ਹੋਇਆ ਉਹ ਆਪਣੇ ਦਿਮਾਗ ਚੋਂ ਕੱਢ ਨਹੀਂ ਪਾਰਿਆ ਇਸ ਚੀਜ਼ ਨੂੰ ਦੇਖਦੇ ਹੋਏ ਇਟਲੀ ਦੇ ਵਿੱਚ ਮੈਗਮੇ ਨੇ ਕਿਹਾ ਕਿ ਹੁਣ ਸਟ੍ਰਾਈਕ ਕੀਤੀ ਜਾ ਸਕਦੀ ਹੈ ਟ੍ਰੇਨ ਮਹਿਕਮਾ ਸਟ੍ਰਾਈਕ ਕਰਨ ਲੱਗਾ ਜੀ ਕਾਰਨ ਇਹ ਹੈ ਕਿ ਇਟਲੀ ਦੇ ਵਿੱਚ ਇਹ ਜੋ ਮੌਤ ਹੋਈ ਹੈ 5 ਉਪਰਾਇ ਦੀ 5 ਜਿਹੜੇ ਮਜ਼ਦੂਰ ਆ ਉਸ ਤੋਂ ਬਾਅਦ 31 ਅਗਸਤ ਵੀਰਵਾਰ ਅਤੇ 1 ਸਤੰਬਰ 24 ਘੰਟਿਆਂ ਦੀ ਸਟ੍ਰਾਈਕ ਚੱਲਣੀ ਆ ਉਸ ਏਰੀਏ ਦੇ ਵਿੱਚ ਜਿਸ ਏਰੀਏ ਦੇ ਵਿੱਚ ਇਹ ਘਟਨਾ ਵਾਪਰੀ ਆ ਉਸ ਏਰੀਏ ਦੇ ਵਿੱਚ 24 ਘੰਟਿਆਂ ਦੀ ਸਟ੍ਰਾਈਕ ਚੱਲਣੀ ਆ ਇਸ ਕਰਕੇ ਜੇਕਰ ਤੁਸੀਂ ਇਹਨਾਂ ਏਰੀਏ ਦੇ ਵਿੱਚ ਰਹਿੰਦੇ ਹੋ ਟ੍ਰੀਨੋ ਮਿਲਾਨ ਨੂੰ ਜਿਹੜੀ ਟ੍ਰੇਨ ਜਾਂਦੀ ਆ ਤਾਂ ਉਸ ਏਰੀਏ ਦੇ ਵਿੱਚ ਤੁਹਾਨੂੰ ਦਿੱਕਤ ਪਰੇਸ਼ਾਨੀ ਆ ਸਕਦੀ ਹੈ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਏਰੀਆ ਦੇ ਵਿੱਚ ਬੱਸਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਲੋਕਾਂ ਨੇ ਜੇਕਰ ਜਾਣਾ ਹੋਵੇ ਤਾਂ ਉਹਨਾਂ ਨੂੰ ਪਰੇਸ਼ਾਨੀ ਨਾ ਆਵੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਆਸਤੀਆ ਸ਼ਹਿਰ ਦੇ ਵਿੱਚ ਪੁਲਸ ਦੇ 500 ਮੁਲਾਜ਼ਮਾਂ ਨੇ ਛਾਪਾ ਮਾਰਿਆ ਛਾਪਾ ਇਸ ਕਰਕੇ ਮਾਰਿਆ ਕਿਉਂਕਿ ਉੱਥੇ ਇੱਕ ਗੈਂਗ ਆ ਜਿਸ ਦਾ ਨਾਮ ਤਲਵਾਰ ਗੈਂਗ ਤਲਵਾਰ ਇਟਾਲੀਅਨ ਦੇ ਵਿੱਚ ਸੁਪਾਦਾ ਗਿਆ ਜਾਂਦਾ ਕਲਾਂਸ ਪਾਦਾ ਦੇ ਬੰਦਿਆਂ ਨੂੰ ਫੜਨ ਦੇ ਲਈ ਉਹਨਾਂ ਨੇ ਛਾਪਾ ਮਾਰਿਆ ਟੋਟਲ 500 ਪੁਲਿਸੀਏ ਫੜਨ ਗਏ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਗੈਂਗ ਆ ਇਹ ਤਸਕਰੀ ਕਰਦਾ ਜੀ ਨਸ਼ੇ ਦੀ ਤੇ ਉਸ ਏਰੀਆ ਦੇ ਵਿੱਚ ਸਭ ਤੋਂ ਵੱਧ ਨਸ਼ਾ ਪਛਾਣਨ ਵਾਲੇ ਨਸ਼ਾ ਫਿਲਾਣ ਵਾਲੇ ਨਸ਼ੇ ਤੇ ਲਾਣ ਵਾਲੇ ਨਸ਼ਾ ਵੇਚਣ ਵਾਲੇ ਇਸ ਹੀ ਗੈਂਗ ਦੇ ਬੰਦੇ ਆ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਏਰੀਆ ਦੇ ਵਿੱਚ ਨਸ਼ਾ ਹਥਿਆਰ ਬਰਾਮਦ ਕੀਤੇ ਜਾ ਰਹੇ ਨੇ ਤੇ ਇਹ ਉਹੀ ਏਰੀਆ ਜਿੱਥੇ ਪਹਿਲਾਂ ਵੀ ਪੁਲਿਸ ਗਈ ਤੇ ਉਸ ਏਰੀਆ ਦੇ ਬੰਦਿਆਂ ਨੇ ਪੁਲਿਸ ਵਾਲਿਆਂ ਤੇ ਇਟਾਂ ਰੋੜੇ ਵਰਸਾ ਦਿੱਤੇ ਅਤੇ ਇੱਕ ਸਵਾਲ ਜੋ ਬਹੁਤ ਪੁੱਛਿਆ ਜਾਂਦਾ ਹੈ ਕਿ ਇਟਲੀ ਦੇ ਵਿੱਚ ਅਸੀਂ ਰਹਿ ਰਹੇ ਹਾਂ ਸਾਡੇ ਕੋਲ ਇਟਾਲੀਅਨ ਨੈਸ਼ਨੈਲਿਟੀ ਨਹੀਂ ਸਾਡੇ ਕੋਲ ਸਜੋਰਨੋ ਸਜੋਰਨੋ ਐਕਸਪਾਇਰ ਹੋਈ ਐਕਸਪਾਇਰ ਹੋਣ ਤੋਂ ਬਾਅਦ ਅਸੀਂ ਰੀਨਿਊ ਦਾ ਦਮੰਦਾ ਕੀਤਾ ਸਾਡਾ ਰੀਨਿਊ ਦਾ ਦਮੰਦਾ ਹੋਇਆ ਨੂੰ 2 ਮਹੀਨੇ ਹੋਇਆ 3 ਮਹੀਨੇ ਹੋਇਆ 4 ਮਹੀਨੇ ਹੋਇਆ 6 ਮਹੀਨੇ ਹੋਇਆ 8 ਮਹੀਨੇ ਹੋਇਆ ਕੀ ਅਸੀਂ ਰਿਚੇਵੋਤੇ ਦੇ ਨਾਲ ਇੰਡੀਆ ਜਾ ਸਕਦੇ ਹਾਂ ਹਾਂਜੀ ਬਿਲਕੁਲ ਜਾ ਸਕਦੇ ਹਾਂ ਜੇਕਰ ਸਾਡੇ ਕੋਲ ਸਜੋਰਨੋ ਹੈ ਤਾਂ ਉਹਦੇ ਨਾਲ ਐਕਸਪਾਇਰ ਹੋਈ ਹੋਆ ਤਾਂ ਸਾਡੇ ਕੋਲ ਰਿਚੇਵੋਤਾ ਸਲਿੱਪ ਆ ਕੇ ਸੀ ਰੀਨਿਊ ਕਰਵਾਣ ਦੇ ਲਈ ਦਿੱਤਾ ਹੋਇਆ ਜਿੰਨਾ ਟਾਈਮ ਸਾਡੀ ਸਜੂਰ ਨੂੰ ਨਹੀਂ ਮਿਲਦੀ ਭਾਵੇਂ 1 ਸਾਲ ਨਾ ਮਿਲੇ 2 ਸਾਲ ਨਾ ਮਿਲੇ 3 ਸਾਲ ਨਾ ਮਿਲੇ ਜਿੰਨਾ ਟਾਈਮ ਕੋਸੂਰੇ ਦੇ ਵਿੱਚ ਰਹਿੰਦੀ ਹੈ ਸਾਡੇ ਕੋਲ ਰਿਚੇਵੂਤਾ ਹੈ ਉਨਾ ਟਾਈਮ ਅਸੀਂ ਇਟਲੀ ਦੇ ਵਿੱਚ ਲੀਗਲ ਹਾਂ ਇਟਲੀ ਤੋਂ ਬਾਹਰ ਜਿਹੜਾ ਇਸ ਰਿਚੇਵੂਤੇ ਨੂੰ 6 ਮਹੀਨੇ ਤੋਂ ਵੱਧ ਇਸ ਦੀ ਮਿਆਦ ਨਹੀਂ ਮੰਨੀ ਜਾਂਦੀ ਜੇਕਰ ਕੋਈ ਬੰਦਾ ਜਿਸ ਦੇ ਕੋਲ ਇਹ ਇਟਲੀ ਦਾ ਸਜੂਰ ਨੂੰ ਐਕਸਪਾਇਰ ਹੋਣ ਦਾ ਰਿਚੇਵੂਤਾ ਹੈ ਕਿ ਉਹਨੇ ਨਮੀ ਕਰਵਾਉਣ ਲਈ ਦਿੱਤੀ ਹੋਈ ਆ ਰਿਨਿਊ ਕਰਵਾਉਣ ਦੇ ਲਈ ਉਹ ਇੰਡੀਆ ਜਾਣਾ ਚਾਹੁੰਦਾ ਹੈ ਤੇ ਇੰਡੀਆ ਤੋਂ ਜਦੋਂ ਵਾਪਸ ਆਣਾ ਸਭ ਤੋਂ ਪਹਿਲਾਂ ਕੋਸ਼ਿਸ਼ ਇਹ ਕਰਨੀ ਕਿ ਡਾਇਰੈਕਟ ਫਲਾਈਟ ਲੈਣੀ ਹੈ ਦੂਸਰੀਆਂ ਕਨੈਕਟਡ ਫਲਾਈਟਾਂ ਦੇ ਵਿੱਚ ਇਹ ਹੋ ਸਕਦਾ ਕਿ ਤੁਹਾਨੂੰ ਆਉਣ ਵਿੱਚ ਪਰੇਸ਼ਾਨੀ ਹੋਵੇ ਪ੍ਰੇਸ਼ਾਨੀ ਇਸ ਕਰਕੇ ਕਹਿ ਸਕਦੇ ਆ ਹੋ ਸਕਦਾ ਇਸ ਕਰਕੇ ਕਿਹਾ ਜਾ ਰਿਹਾ ਕਿਉਂਕਿ ਜ਼ਰੂਰੀ ਨਹੀਂ ਕਿ ਪਰੇਸ਼ਾਨੀ ਹੋਵੇ ਪਰ ਚਾਂਸ ਹਨ ਕਾਨੂੰਨ ਦੇ ਹਿਸਾਬ ਦੇ ਨਾਲ ਪਰੇਸ਼ਾਨੀ ਹੋ ਸਕਦੀ ਹੈ 2013 ਦੇ ਵਿੱਚ 2013 2014 ਦੇ ਵਿੱਚ ਬਹੁਤ ਆਪਣੇ ਵੀਰ ਇੰਡੀਆ ਗਏ ਸਨ ਜਿਨ੍ਹਾਂ ਦੇ ਕੋਲ ਰਿਚੀਵੂਤੇ ਸਨ ਤੇ ਉਹ ਇੰਡੀਆ ਦੇ ਵਿੱਚ ਫਸ ਗਏ ਸਨ ਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚੋਂ ਹੁਣ ਵੀ ਕਾਫੀ ਇੰਡੀਆ ਦੇ ਵਿੱਚ ਫਸੇ ਹੋਏ ਨੇ ਜਾਂ ਫਿਰ ਕਈਆਂ ਨੂੰ ਰੀ-ਐਂਟਰੀ ਵੀਜ਼ੇ ਲੈਣੇ ਪਏ। ਰੀ-ਐਂਟਰੀ ਵੀਜ਼ਾ ਫਿਰ ਅਪਲਾਈ ਕਰਨ ਦੇ ਲਈ ਫਿਰ ਤੁਸੀਂ ਉਹੀ 99 ਦੀ ਦੌੜ ਦੇ ਵਿੱਚ ਪੈ ਜਾਣਾ। ਤੁਹਾਨੂੰ ਏਜੰਟਾਂ ਨੂੰ ਮਿਲਣਾ ਪੈਣਾ, ਤੁਹਾਨੂੰ ਅਪੁਆਇੰਟਮੈਂਟ ਨਹੀਂ ਮਿਲਣੀ। ਪੈਸੇ ਤੁਹਾਡੇ ਹੋਰ ਖਰਚ ਹੋਣਿਆ। ਇਸ ਕਰਕੇ ਜੇਕਰ ਇੰਡੀਆ ਵਿੱਚ ਜਾਣਾ ਹੈ ਤੁਹਾਨੂੰ ਐਮਰਜੈਂਸੀ ਪਈ ਆ ਤਾਂ ਕੋਸ਼ਿਸ਼ ਇਹ ਕਰੋ ਕਿ ਆਪਣੀ ਜਿਹੜੀ 6 ਮਹੀਨੇ ਤੋਂ ਰਿਚੀਬੂ ਤਾਂ ਪੁਰਾਣਾ ਨਾ ਹੋਵੇ। ਉਸ ਤੋਂ ਬਾਅਦ ਇਟਲੀ ਨੂੰ ਆਉਣ ਦੇ ਲਈ ਕੋਸ਼ਿਸ਼ ਇਹ ਕੀਤੀ ਜਾਵੇ ਕਿ ਡਾਇਰੈਕਟ ਫਲਾਈਟ ਲਈ ਜਾਵੇ। ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ। ਮਸਤਾਨੇ ਫਿਲਮ ਬਹੁਤ ਹੀ ਵਧੀਆ ਫਿਲਮ ਆ ਜੀ ਬਹੁਤ ਵਧੀਆ ਫਿਲਮ ਬਣਾਈ ਗਈ ਆ ਇਹ ਫਿਲਮ ਨੂੰ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਜਰੂਰ ਦੇਖੋ ਜੀ ਇਟਲੀ ਦੇ ਵਿੱਚ ਇੱਕ ਵਾਰ ਫਿਰ ਇਸ ਹਫਤੇ ਲੱਗਣੀ ਆ ਵੀਰ ਸ਼ੁਕਰ ਸ਼ਨੀ ਐਤਵਾਰ ਕਰਮੁੰਨੇ ਲੱਗੂਗੀ ਤੇ ਇਹਨਾਂ ਨੂੰ ਸਿਨੇਮੇ ਦੇ ਵਿੱਚ ਜਾ ਕੇ ਜਰੂਰ ਦੇਖੋ ਟਿਕਟੌਕ ਦੇ ਕੁਝ ਕਲਿੱਪ ਪਏ ਨੇ ਉਹਨਾਂ ਨੂੰ ਇਕੱਠਾ ਕਰਕੇ ਅਸੀਂ ਇੱਕ ਵੱਡਾ ਕਲਿੱਪ ਬਣਾਇਆ ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਉਹ ਐਪਲੀਕੇਸ਼ਨ ਦਾ ਲਿੰਕ ਥੱਲੇ ਆ ਤੁਸੀਂ ਉਹਦੇ ਵਿੱਚ ਜਾ ਕੇ ਦੇਖ ਸਕਦੇ ਹੋ ਪਰ ਇਸ ਨੂੰ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਜ਼ਰੂਰ ਦੇਖਿਓ ਜੀ ਮਿਲਾਂਗੇ ਉਹਨਾਂ ਮਿਲਦੇ ਆਂ ਜੀ ਅਗਲੇ ਅਪਡੇਟ ਦੇ ਵਿੱਚ ਉਹਨਾਂ ਦਾਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੀ ਇਟਾਲੀਅਨ ਖਬਰਾਂ ਤੋਂ ਹੀ ਕੁਲਵਿੰਦਰ ਸਿੰਘ ਨਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ